ਦਰਿਆ ਬਿਆਸ ਵਿੱਚ ਪਾਣੀ ਦਾ ਵਧਿਆ ਪੱਧਰ, ਹਜ਼ਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਕੇ ਹੋਈਆਂ ਬਰਬਾਦ। ਪੀੜਤ ਕਿਸਾਨ ਵੱਲੋਂ ਸਰਕਾਰ ਪਾਸੋਂ ਮੁਆਵਜ਼ੇ ਦੀ ਕੀਤੀ ਜਾ ਰਹੀ ਮੰਗ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਖੇਤਾਂ ਦੀ ਜਿੱਥੇ ਕਿ ਬਿਆਸਾ ਦਰਿਆ ਦਾ ਪਾਣੀ ਜਿਹੜਾ ਵੜ ਕੇ ਜਿਹੜਾ ਖੇਤਾਂ ਦੀ ਫਸਲਾਂ ਜਿਹੜੀ ਬਰਬਾਦ ਹੋ ਚੁੱਕੀਆਂ ਨੇ। ਕੀ ਕਹਿਣਾ ਹੈ ਉੱਥੋਂ ਦੇ ਕਿਸਾਨਾਂ ਦਾ ਉਹ ਤੁਹਾਨੂੰ ਦੱਸਦੇ ਹਾਂ। ਮੇਰਾ ਜੀ ਮਨਜੀਤ ਸਿੰਘ ਬੱਗੂ, ਪਿੰਡ ਕੋਟ ਮੁਹੰਮਦ ਖਾਂ, ਅਤੇ ਮੈਂ ਜਮਹੂਰੀ ਕਿਸਾਨ ਦਾ ਸਭਾ ਦਾ ਜ਼ਿਲ੍ਹਾ ਪ੍ਰਧਾਨ ਹਾਂ। ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਜਿਹੜਾ ਵੱਖ ਵੱਖ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਜੀ? ਇਹਦੇ 'ਤੇ ਇਹ ਜੀ ਕਹਿੰਦੇ ਹਾਂ ਵੀ ਸਰਕਾਰ ਤੁਰੰਤ ਦੀਆਂ ਗੋਦਾਵਰੀਆਂ ਕਰਕੇ ਅਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਐਰਕੀ ਜਿਹੜਾ ਪਾਣੀ ਪਹਿਲਾਂ ਆਉਣਾ ਅਤੇ ਜਿਹੜੀ ਕਮਾਦ ਦੀ ਫਸਲ ਵੀ ਆ ਬਰਬਾਦ ਹੋ ਚੁੱਕੀ ਆ, ਮਕਈ ਦੀ ਫਸਲ ਵੀ ਬਰਬਾਦ ਹੋ ਚੁੱਕੀ ਆ, ਅਤੇ ਪੱਠੇ ਡੱਕੇ ਵੀ ਇਹਨਾਂ ਦਾ ਜਿਹੜਾ ਸਾਰਾ ਚੀਜ਼ ਇਹਨਾਂ ਦੀ ਬਰਬਾਦ ਹੋ ਚੁੱਕੀ ਆ। ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਜੀ ਪਾਣੀ? ਇਹ ਜੀ ਗੁੱਜਰਪੁਰੇ ਤੋਂ ਲੈ ਕੇ ਘੜਕਾ, ਆਪਣਾ ਚੰਬਾ ਢਾਏ ਵਾਲਾ, ਕਮੋ, ਕਿੜੀਆਂ, ਇਹ ਕਣਮੂ ਵਾਲਾ, ਇਹ ਸਾਰੀ ਜਿਹੜੀ ਬਿਲਟ ਆ ਹਰੀ ਕਹਿਣ ਤਾਂ ਜੀ ਸਾਰਾ ਨੁਕਸਾਨ ਹੋਇਆ। ਮੰਗ ਇਹ ਵੀ ਸਰਕਾਰ ਜਿਹੜੀ ਕਹਿੰਦੀ ਸੀ ਵੀ ਅਸੀਂ ਬੜੀ ਸਰਕਾਰ ਕਿਸਾਨ ਪੱਖੀ ਹਾਂ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਰੰਤ ਇਹਨਾਂ ਨੂੰ ਹੁਣ ਜਿਹੜਾ ਮੁਆਵਜ਼ਾ ਦੇ ਕੇ ਅਤੇ ਗਾਂਹ ਜਿਹੜਾ ਇਹਨਾਂ ਨੂੰ ਪੈਰਾਂ ਸਿਰ ਕੀਤਾ ਜਾਵੇ, ਅਗਲੀ ਫਸਲ ਬੀਜ ਲੈਣ ਆਪਣੀ, ਇਹਨਾਂ ਨੂੰ ਤੁਰੰਤ ਜਿਹੜਾ ਕਿੱਲੇ ਦਾ 50,000 ਦੇ ਹਿਸਾਬ ਨਾਲ ਮੁਆਵਜ਼ਾ ਜਿਹੜਾ ਦੇਣਾ ਚਾਹੀਦਾ। ਅਤੇ ਜਿਹੜੇ ਅਗਲੇ ਬੰਨੇ ਦਾਰਿਆ, ਕੁਝ ਪਤਾ ਇੱਥੋਂ ਲੱਗਾ ਵੀ ਉਹ ਮੰਤਰੀ ਜਿਹੜਾ ਦਾ ਏਰੀਆ ਪੈਂਦਾ ਭੁੱਲਰ ਦਾ, ਅਤੇ ਉਹ ਦਰ ਜਿਹੜੇ ਚੁੱਕਣ ਨਹੀਂ ਦਿੰਦੇ, ਉਹ ਜਿਹੜਾ ਦਾਰਿਆ ਚੁੱਕੇ ਜਾਣ ਅਤੇ ਜਿਹੜਾ ਪਾਣੀ ਦੀ ਡਾਫ ਲੱਗੀ ਉਹ ਗਾਂਹ ਨਿਕਲ ਜੇ, ਅਤੇ ਇਹ ਜਿਹੜਾ ਵਾ ਇਹਨਾਂ ਦਾ ਕੁਝ ਨਾ ਕੁਝ ਜਿਹੜਾ ਬਚਾਅ ਹੋ ਸਕੇ। ਹਾਂਜੀ, ਕੀ ਨਾਂ ਤੁਹਾਡਾ ਜੀ ਅਤੇ ਕਿਹੜਾ ਪਿੰਡ ਆ ਜੀ? ਪਿੰਡ ਸਾਡਾ ਮੁੰਡਾ ਪਿੰਡ ਆ, ਪੈ ਸਾਡੇ ਗੁਜਰਪੁਰ 'ਚ ਆ। ਕੀ ਨਾਂ ਕੀ ਤੁਹਾਡਾ? ਚੰਚਲ ਸਿੰਘ ਮੇਰਾ ਨਾਮ ਆ। ਜਿਹੜਾ ਦਰਿਆ ਦੇ ਵਿੱਚ ਪਾਣੀ ਆ, ਕਿੰਨੀ ਕੁ ਤੁਹਾਡੀ ਫਸਲ ਦਾ ਜਿਹੜਾ ਨੁਕਸਾਨ ਆ? ਸਾਡੀ ਫਸਲ ਕੋਈ ਵੀ ਨਹੀਂ ਬਚੀ, ਸਾਡੀ ਫਸਲ ਨਾ ਦੇ ਬਚਿਆ ਵਾ ਝੋਨਾ, ਨਾ ਬਚੀ ਆ ਮਕਈ, ਨਾ ਬਚਿਆ ਵਾ ਕਮਾਦ, ਨਾ ਬਚੀ ਆ ਮੂੰਗੀ, ਨਾ ਬਚੀ ਆ ਕੋਈ ਪੱਠਾ। ਸਾਡੇ ਪਹੂ ਵੀ ਭੁੱਖੇ, ਅਸੀਂ ਵੀ ਭੁੱਖੇ, ਫਿਰ ਨਾ ਆਖਣਾ ਇਹ ਫਾਹ ਲੈ ਲੈ ਮਰਦੇ ਆ, ਫਿਰ ਫਾਹ ਲੈ ਲੈ ਮਰਨਾ ਅਸੀਂ ਹੋਰ ਕਹਿਣਾ, ਜੋ ਸਾਨੂੰ ਰੋਟੀ ਨਾ ਮਿਲੀ। ਕਿੰਨੀ ਜ਼ਮੀਨ ਸੀ ਤੁਹਾਡੀ ਮੰਡ ਜਿਹੜੀ? ਜ਼ਮੀਨ ਸਾਡੇ ਕੋਲ 25 ਕਿੱਲੇ ਆ। ਕਿਹੜੇ ਕਿਹੜੇ ਏਰੀਏ ਜਿਹੜਾ ਪਾਣੀ ਆ ਆਇਆ? ਪਾਣੀ ਗੁਜਰਪੁਰ ਤੋਂ ਲੱਗ ਕੇ ਅਤੇ ਹਰੀਕਿਆਂ ਤੱਕ ਇਹਦੇ ਸਭ ਪਾਣੀ ਆ। ਹਰ ਸਾਲ ਤੁਹਾਡਾ ਨੁਕਸਾਨ ਹੁੰਦਾ ਜੀ? ਹਰ ਸਾਲ ਹੀ ਨੁਕਸਾਨ ਹੁੰਦਾ ਵਾ। ਕੀ ਮੰਗ ਕਰਦੇ ਸਰਕਾਰਾਂ? ਅਸੀਂ ਸਰਕਾਰ ਨੂੰ ਆਉਂਦੇ ਵੀ ਸਾਨੂੰ ਕਮ ਸੇ ਕਮ ਜ਼ਿਆਦਾ ਨਹੀਂ ਤਾਂ 50,000 ਰੁਪਇਆ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਵੇ। ਨਹੀਂ ਦਿੰਦੇ ਤਾਂ ਫਿਰ ਅਸੀਂ ਆਹੀ ਤਾਂ ਆਪ ਮਰਨਾ ਹੀ ਮਰਨਾ ਵਾ। ਫਿਰ ਆਖਣਗੇ ਵੀ ਇਹ ਕਿਸਾਨ ਕਿਉਂ ਖੁਦਕਰੀ ਹੁੰਦੇ ਆ, ਕਿਸਾਨ ਕਿਉਂ ਥੱਲੇ ਜਾਂਦੇ ਆ, ਕਿਸਾਨ ਕਿਉਂ ਕਰਜ਼ਾ ਹੁੰਦਾ, ਕਰਜ਼ਾ ਸਾਡੇ ਸਿਰ ਤਾਂ ਹੀ ਹੋਣਾ ਜੀ ਅਸੀਂ ਜਾਂ ਸਾਡੀਆਂ ਫਸਲਾਂ ਮਰ ਗਈਆਂ ਨੇ। ਹਾਂਜੀ, ਕੀ ਨਾਂ ਤੁਹਾਡਾ ਜੀ ਅਤੇ ਕਿਹੜੇ ਜਥੇਬੰਦੀ ਜਾਗੋ? ਮੇਰਾ ਨਾਂ ਸੁਲੱਖਣ ਸਿੰਘ ਤੋੜ, ਸ਼ਹੀਦ ਭਗਤ ਸਿੰਘ ਨਾਇਓ ਸਭਾ ਦੇ ਸੂਬਾ ਮੀਤ ਪ੍ਰਧਾਨ ਜੀ। ਕੀ ਕਹਿਣਾ ਚਾਹੁੰਦੇ ਹੋ ਜਿਹੜਾ ਬਿਆਸ ਦੇ ਵਿੱਚ ਪਾਣੀ ਆਇਆ ਜੀ? ਇੱਥੇ ਜੀ ਹਰ ਤਰ੍ਹਾਂ, ਹਰ ਸਾਲ ਦੀ ਤਰ੍ਹਾਂ ਦਰਿਆ ਦੇ ਵਿੱਚ ਪਾਣੀ ਆਉਂਦਾ, ਅਤੇ ਹਰ ਸਾਲ ਦੀ ਤਰ੍ਹਾਂ ਹੀ ਕਿਸਾਨਾਂ ਦੀ ਜਿਹੜੇ ਮੰਡ ਏਰੀਏ ਦੇ ਲੋਕ ਆ, ਹਰ ਸਾਲ ਦੀ ਤਰ੍ਹਾਂ ਫਸਲਾਂ ਜਿਹੜੀ ਬਰਬਾਦ ਹੋ ਜਾਂਦੀਆਂ। ਆ ਇੱਧਰ ਉਤਲੇ ਪਾਸੇ ਜਿਹੜਾ ਵਾ ਲੋਕਾਂ ਨੂੰ ਜਿਹੜਾ ਪਾਣੀ ਨਾ ਸਰਕਾਰ ਕਹਿੰਦੀ ਨਹਿਰਾਂ ਦਾ ਪਾਣੀ ਦੇਣਾ, ਆ ਸਾਹਮਣੇ ਸੂਆ ਵਾ, ਅਜੇ ਤੱਕ ਇਹ ਸੂਏ ਦੇ ਵਿੱਚ ਪਾਣੀ ਨਹੀਂ ਆਇਆ, ਅਤੇ ਇਸ ਪਾਸੇ ਜਿਹੜੇ ਆ ਕਿਸਾਨ ਜਿਹੜੇ ਹਰ ਸਾਲ ਦੀ ਤਰ੍ਹਾਂ ਡੁੱਬ ਜਾਂਦੇ ਆ, ਅਤੇ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਇਹਦੇ ਕੋਈ ਪੁਖਤਾ ਪ੍ਰਬੰਧ ਕਰਕੇ ਜਿਹੜਾ ਹਰ ਸਾਲ ਦੀ ਤਰ੍ਹਾਂ ਡੁੱਬਦੇ ਆ ਕਿਸਾਨਾਂ ਨੂੰ ਬਚਾਇਆ ਜਾਵੇ, ਅਤੇ ਐਰਕੀ ਜਿਹੜਾ ਵਾ ਪਾਣੀ ਜਿਹੜਾ ਅੱਗੇ ਅਤੇ ਜਦੋਂ ਝੋਨਾ ਪੱਕਦਾ ਉਦੋਂ ਆਉਂਦਾ ਸੀ, ਅਤੇ ਕਮਾਦ ਵੀ ਜਿਹੜਾ ਵਾ ਪੱਕਣ 'ਤੇ ਆਇਆ ਵੱਡਾ ਆਇਆ ਤਾਂ ਉਦੋਂ ਆਉਂਦਾ ਸੀ, ਐਰਕੀ ਸਾਰਾ ਪਾਣੀ ਜਿਹੜਾ ਪਹਿਲਾਂ ਆ ਗਿਆ ਅਤੇ ਝੋਨਾ ਲੱਗ ਰਿਹਾ ਵਾ ਉਹ ਬਰਬਾਦ ਹੋ ਗਿਆ, ਮੱਕੀ ਇੱਕ ਬਰਬਾਦ ਹੋ ਗਈ ਆ, ਕਮਾਦ ਬਰਬਾਦ ਹੋ ਗਿਆ, ਅਤੇ ਇਹਦਾ ਬਣਦਾ ਮਾਜਵਾ ਜਿਹੜਾ ਵਾ ਅਸੀਂ ਡੀਸੀ ਸਾਹਿਬ ਨੂੰ ਤਰਨ ਤਾਰਨ ਨੂੰ ਬੇਨਤੀ ਕਰਦੇ ਹਾਂ, SDM ਖਡੂਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਪਟਵਾਰੀ, ਤਹਿਸੀਲਦਾਰ, ਗਰਦੌਰੀਆਂ ਉਹਨਾਂ ਕੋਲ ਕਰਾ ਕੇ ਅਤੇ ਜਿਹਦਾ ਵੀ ਜਿੰਨਾ ਨੁਕਸਾਨ ਹੋਇਆ ਉਹਨਾਂ ਨੂੰ ਉਹਨਾਂ ਬਣਦਾ ਮਾਜਵਾ ਦਿੱਤਾ ਜਾਵੇ। ਅੱਜ ਅਸੀਂ ਆ ਗੁੱਜਰਪੁਰ ਦੇ ਵਿੱਚ ਖੜ੍ਹੇ ਹਾਂ। ਕਿਹੜੇ ਕਿਹੜੇ ਪਿੰਡਾਂ ਦਾ ਜ਼ਿਆਦਾ ਨੁਕਸਾਨ ਹੋਇਆ? ਅੱਜ ਇੱਥੋਂ ਗੁੱਜਰਪੁਰੇ ਤੋਂ ਲੈ ਕੇ ਨਾਲ ਨਾਲ ਹਰੀਕਿਆਂ ਤੱਕ ਜਿੰਨੇ ਵੀ ਆ ਪਿੰਡ ਆਉਂਦੇ ਆ, ਘੜਕਾ ਵਾ, ਕਰਮੂ ਵਾਲਾ ਵਾ, ਜਿਹੜੇ ਮੰਡ ਦੇ ਨਾਲ ਦਰਿਆ ਦੇ ਨਾਲ ਲੱਗਦੇ ਪਿੰਡ ਆ, ਸਾਰੇ ਪਿੰਡਾਂ ਦਾ ਕਾਫੀ ਨੁਕਸਾਨ ਹੋਇਆ। ਇਹ ਤੋਂ ਪਿੱਛੇ ਮੁੰਡੇ ਪਿੰਡ ਤੋਂ ਪਿੱਛੇ ਨੁਕਸਾਨ ਨਹੀਂ ਹੋਇਆ, ਬਹੁਤ ਘੱਟ ਨੁਕਸਾਨ ਹੋਇਆ। ਇਹ ਤੋਂ ਇਸ ਸਾਈਡ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਇਹ ਤੋਂ ਗੁੱਜਰਪੁਰੇ ਤੋਂ ਜਦੋਂ ਵੀ ਕਿਸੇ ਨੇ ਗਰਦੌਰੀ ਕਰਨ ਆਉਣਾ, ਕਨਗੋ ਤਹਿਸੀਲਦਾਰ, ਪਟਵਾਰੀ ਸਾਹਿਬ ਨੇ, ਪਰ ਉਹ ਗੁੱਜਰਪੁਰੇ ਤੋਂ ਐਨੂੰ ਹਰੀਕੇ ਵਾਲੇ ਪਾਸੇ ਨੂੰ ਜਾਵੇ, ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਨੁਕਸਾਨ ਹੋਇਆ ਜਾਂ ਨਹੀਂ ਹੋਇਆ। ਹਾਂਜੀ, ਕੀ ਨਾਂ ਤੁਹਾਡਾ ਜੀ ਅਤੇ ਕਿਹੜਾ ਪਿੰਡ ਆ ਜੀ? ਮੇਰਾ ਪਿੰਡ ਮੁੰਡਾ ਪਿੰਡ ਆ ਜੀ, ਅਤੇ ਦਾਰਾ ਸਿੰਘ ਮੇਰਾ ਨਾਂ। ਜਿਹੜਾ ਦਰਿਆ ਦੇ ਵਿੱਚ ਪਾਣੀ ਆਇਆ, ਕਿੰਨਾ ਕੁ ਫਸਲਾਂ ਤੁਹਾਡਾ ਨੁਕਸਾਨ ਹੋਇਆ ਜੀ? ਸਾਡਾ ਨੁਕਸਾਨ ਜੀ, ਸਾਡੀ ਪਹਿਲੀ ਮੰਡ 'ਚ ਸਾਰੀ ਅਤੇ ਸਾਰੇ ਦੀ ਸਾਰੀ ਬਰਬਾਦ ਹੋ ਗਈ ਆ। ਝੋਨਾ ਲਾਇਆ ਸੀਗਾ ਅਤੇ ਮੂੰਗੀ, ਮਕਈ ਅਤੇ ਕਮਾਦ ਅਤੇ ਪੱਠੇ, ਇਹ ਸਾਰਾ ਕੁਛ ਹੀ ਬਰਬਾਦ ਹੋ ਗਿਆ। ਅਸੀਂ ਤਾਂ ਮਰਨਾ ਹੀ ਮਰਨਾ, ਨਾਲ ਪਹੂ ਵੀ ਹੁਣ ਭੁੱਖੇ ਮਰਨ ਡਿਆ। ਤੁਹਾਡੀ ਕਿੰਨੀ ਏਕੜ ਜ਼ਮੀਨ ਸੀ? ਇੱਥੇ ਤਕਰੀਬਨ 18-19 ਕਿੱਲੇ ਜ਼ਮੀਨ ਦੇ ਸਾਡੇ।
ਗੁੱਜਰਪੁਰ ਤੋਂ ਲਾ ਕੇ ਤੇ ਘੜਕਾ ਚੰਬਾ ਇੱਧਰ ਨੂੰ ਸਾਰੇ ਹਰੀਕਾ ਤੱਕ ਸਾਰੇ ਜਿੰਨੇ ਪਿੰਡ ਆ ਸਾਰਾ ਡੁੱਬ ਗਿਆ। ਕਿੰਨੇ ਕੁ ਏਕੜ ਫਸਲ ਸੀ? ਤਕਰੀਬਨ ਹਜ਼ਾਰਾਂ ਦੇ ਨਾਲ ਹੀ ਆ। ਕੀ ਮੰਗ ਕਰਦੇ ਹੋ? ਇਹ ਮੰਗ ਕਰਦੇ ਹਾਂ ਵੀ ਸਾਨੂੰ ਮਾਲਵਾ ਦਿੱਤਾ ਜਾਵੇ, ਤਕਰੀਬਨ 50,000 ਦੇ ਹਿਸਾਬ ਨਾਲ ਦਿੱਤਾ ਜਾਵੇ ਤਾਂ ਫਿਰ ਸਾਡਾ ਮਾੜਾ ਮੋੜ ਪੱਲਾ ਪੂਰਾ ਹੁੰਦਾ, ਨਹੀਂ ਤਾਂ ਅਸੀਂ ਬਰਬਾਦ ਹੋ ਗਏ, ਅਸੀਂ ਤਾਂ ਰੋਟੀ ਹੁਣ ਵੀ ਤਰਸਦੇ ਹਾਂ।